ਉਠਾ ਢਹਿੰਦਿਆਂ ਢਹਿੰਦਿਆਂ ਟਹਿ ਜਾਂਦਾ ਚੁਗਲ ਖੋਰ ਨੂੰ ਜੇਕਰ ਡੱਕੀਏ ਨਾ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਛੋਟੇ ਬੱਚੇ ਨੂੰ ਜੇ ਨਾ ਮੱਤ ਦੇਈਏ ਉਹ ਟਿੰਡੂ ਬੈਠ ਛੋਟੇ ਬੱਚੇ ਨੂੰ ਜੇ ਨਾ ਮੱਤ ਦੇਈਏ ਪੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਬੁੱਢੇ ਬਾਬੇ ਦੀ ਜੇ ਨਾ ਹੋਵੇ ਟਹਿਲ ਸੇਵਾ ਬਾਬਾ ਰਹਿੰਦਿਆਂ ਰਹਿੰਦਿਆਂ ਰਹਿ ਜਾਂਦਾ ਹਰੀ ਅਬਦੁਲ ਤਵਾਬ ਭੱਟੀ ਸਾਹਿਬ ਬਰਾਦਰੇ ਮੁਹਤਰਮ ਔਰ ਹਾਫਜ਼ ਸਾਜਦੁਰ ਰਹਿਮਾਨ ਭੱਟੀ ਸਾਹਿਬ ਔਰ ਮੌਲਾਨਾ ਸਰਦਾਰ ਅਲੀ ਸਰਦਾਰ ਸਾਹਿਬ ਔਰ ਦੀਗਰ ਉਲਮਾਏ ਕਰਾਮ ਮੇਰੇ ਭਾਈ ਸ਼ਕੀਲ ਸਾਹਿਬ ਗਾਜ਼ੀਆਬਾਦ ਵਾਲੇ ਚੌਧਰੀ ਜਾਫਰ ਹੁਸੈਨ ਚੱਦੜ ਸਾਹਿਬ ਠਾਸੀ ਚੱਕ ਵਾਲੇ ਮੇਰੇ ਦੋਸਤੋ ਮੈਂ ਬੜਾ ਖੁਸ਼ ਹੋ ਰਿਹਾ ਸਾਂ ਕਿ ਇਤਨੇ ਪਿਆਰੇ ਉਲਮਾਏ ਕਰਾਮ ਰੱਬ ਨੇ ਸਾਨੂੰ ਅਤਾ ਫਰਮਾ ਦਿੱਤੇ ਨੇ ਮੈਂ ਤੁਹਾਨੂੰ ਝਟਕੀ ਬੋਲੀ 'ਚ ਗੱਲ ਦੱਸਣ ਲੱਗਾ ਇਹੋ ਜੈ ਖਤੀਬ ਰੱਬ ਨੇ ਦੇ ਦਿੱਤੇ ਨੇ ਅਸੀਂ ਬੁੱਢੇ ਮੁੱਢੋਂ ਸੋਢੋਂ ਜਵਾਨ ਹੋ ਗਏ ਇਹ ਤੁਸੀਂ ਦੁਆ ਕਰੋ ਹਾਂ ਅੱਲਾ ਇਹਨਾਂ ਖਤੀਬਾਂ ਦੀਆਂ ਜ਼ਿੰਦਗੀਆਂ ਦਰਾਜ਼ ਫਰਮਾਏ ਲੰਮੀਆਂ ਉਮਰਾਂ ਅੱਲਾ ਇਹਨਾਂ ਨੂੰ ਅਤਾ ਕਰੇ ਆਖੋ ਆਮੀਨ ਪਾਕਿਸਤਾਨ ਬੜਾ ਅੱਲ ਹੈ ਪਾਕਿਸਤਾਨ ਬੜਾ ਅਨੋਖਾ ਹੈ ਪਾਕਿਸਤਾਨ ਬੜਾ ਨਿਰਾਲਾ ਹੈ ਔਰ ਪੰਜਾਬ ਕਿਆ ਬਾਤ ਹੈ ਪੰਜਾਬ ਬੜਾ ਸੋਹਣਾ ਹੈ ਆਬਾਦ ਹੈ ਸ਼ਾਦਬਾਦ ਹੈ ਕਿਉਂਕਿ ਮਰੀਮ ਨਵਾਜ਼ ਵਜ਼ੀਰ ਆਲਾ ਪੰਜਾਬ ਹੈ ਬਾਤ ਇਹ ਹੈ ਬੰਦਿਆਂ ਨੂੰ ਮਿਲੇ ਨਾ ਹਕੂਮਤ ਬੰਦਿਆਂ ਦੀਆਂ ਗੱਲਾਂ ਬੰਦਿਆਂ ਨਾਲ ਹੁੰਦੀਆਂ ਨੇ ਮੌਲਾਨਾ ਸਰਦਾਰ ਅਲੀ ਸਰਦਾਰ ਸਾਹਿਬ ਚਾਦਰ ਫੜੋ ਨਾ ਮੈਂ ਤੁਹਾਨੂੰ ਦੱਸਾਂ ਅੱਜ ਜ਼ਰਾ ਗੱਲ ਬੰਦਿਆਂ ਦੀਆਂ ਗੱਲਾਂ ਬੰਦਿਆਂ ਨਾਲ ਹੁੰਦੀਆਂ ਨੇ ਵੇਖੋ ਨਾ ਅਗਰ ਯਾਰ ਬਹੁਤੀ ਇੱਕੋ ਨਾ ਖੋਲ ਯਾਰ ਥੋੜ੍ਹੀ ਜਿਹੀ ਘੱਟ ਕਰ ਨਾ ਜ਼ਿਆਦਾ ਖੋਲ ਦੇਣਾ ਤੂੰ ਫਿਰ ਬੜਾ ਕੰਮ ਖਰਾਬ ਦਰਮਿਆਨਾ ਰਵੀ ਜਿਹੜੀ ਹੈ ਨਾ ਉਹ ਬੜੀ ਵਧੀਆ ਨਾ ਬਹੁਤਾ ਤੇਜ਼ ਆਵਾਜ਼ ਨਾ ਮੱਠਾ ਬਹੁਤ ਸ਼ੁਕਰੀਆ ਮੇਰੀ ਪੁੱਤਰੀ ਬਸ ਤੂੰ ਜਿਵੇਂ ਸੋਹਣਾ ਹੈ ਨਾ ਇਵੇਂ ਸੋਹਣੀ ਜਿਹੀ ਆਵਾਜ਼ ਰੱਖਿਆ ਕਰ ਅੱਲਾ ਤੈਨੂੰ ਸਲਾਮਤ ਰੱਖੀ ਬਸ ਠੀਕ ਲਓ ਜੀ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਕਿ ਬੰਦਿਆਂ ਦੀਆਂ ਗੱਲਾਂ ਬੰਦਿਆਂ ਨਾਲ ਹੁੰਦੀਆਂ ਨੇ ਵਜ਼ੀਰ ਆਲਾ ਚੌਧਰੀ ਕਾਸ਼ਫ ਨਵਾਜ਼ ਰੰਧਾਵਾ ਸਾਹਿਬ ਨੂੰ ਬਣਾਇਆ ਜਾਂਦਾ ਕਿਆ ਬਾਤ ਸੀ ਚਲੋ ਹਮਜ਼ਾ ਸ਼ਬਾਜ਼ ਨੂੰ ਬਣਾਇਆ ਜਾਂਦਾ ਕਿਆ ਬਾਤ ਸੀ ਅਗਰ ਮੌਲਵੀਆਂ ਵਿੱਚੋਂ ਕਿਸੇ ਨੂੰ ਬਣਾਉਣਾ ਸੀ ਤਾਂ ਪਾਕ ਪਤਨਕਾਰੀ ਯਕੂਬ ਨੂੰ ਬਣਾ ਦਿੰਦੇ ਹਾਂ ਹਾਂ ਤਾਂ ਕਿ ਬੰਦਾ ਬੰਦਿਆਂ ਨਾਲ ਗੱਲ ਕਰੇ ਕਿ ਵਜ਼ੀਰ ਆਲਾ ਸਾਹਿਬ ਧਿਆਨ ਨਾਲ ਰਿਹਾ ਜੇ ਧਿਆਨ ਨਾਲ ਗੱਲ ਕਰਿਆ ਜੇ ਸੋਚ ਕੇ ਗੱਲ ਕਰਿਆ ਜੇ ਐਵੇਂ ਬੇਤੁੱਕੀ ਗੱਲ ਨਾ ਕਰਿਆ ਜੇ ਹੁਣ ਬੰਦਾ ਹੁਣ ਬੀਬੀ ਨੂੰ ਕੀ ਕਵੇ ਬਈ ਬਾਜੀ ਤੇਰੀ ਮਿਹਰਬਾਨੀ ਇਹ ਹੁਣ ਤੁਸੀਂ ਦੁਆ ਇਹ ਕਰਨੀ ਹੈ ਅੱਲਾ ਪਾਕਿਸਤਾਨ ਨੂੰ ਵੀ ਸਲਾਮਤ ਰੱਖੇ ਪੰਜਾਬ ਨੂੰ ਵੀ ਸਲਾਮਤ ਰੱਖੇ ਔਰ ਸਾਡੇ ਮੁਲਕ ਦੀ ਹਿਫਾਜ਼ਤ ਫਰਮਾਏ ਔਰ ਸਾਡੇ ਸਾਰੇ ਮਾਮਲਾਤ ਦੇ ਅੰਦਰ ਰਹਿਮਤਾਂ ਬਰਕਤਾਂ ਦਾ ਨਜ਼ੂਲ ਫਰਮਾਏ ਉੱਚੀ ਆਮੀਨ ਕਹੋ ਫਜ਼ਾਇਲ-ਏ-ਕੁਰਾਨ ਕਾਨਫਰੰਸ ਦਾ ਉਨਵਾਨ ਹੈ بسم الله الرحمن الرحيم افلا يتدبرون القران مالک نے چنجوڑیا ہے مالک نے سانو ہلایا ہے رب کائنات فرماندے نے افلا يتدبرون القران ਤੁਸੀਂ ਮੇਰੇ ਕੁਰਾਨ 'ਤੇ ਗੌਰ ਕਿਉਂ ਨਹੀਂ ਕਰਦੇ ਕੁਰਾਨ 'ਤੇ ਤਵੱਜੋ ਕਿਉਂ ਨਹੀਂ ਕਰਦੇ ਅੱਲਾ ਕਰੀਮ ਨੇ ਕੁਰਾਨ ਪਾਕ ਐਸਾ ਪਿਆਰਾ ਕਲਾਮ ਐਸਾ ਹੁਸੀਨ ਕਲਾਮ ਐਸਾ ਜਮੀਲ ਕਲਾਮ ਐਸਾ ਮੁਅੱਸਰ ਕਲਾਮ ਏ
ध्यान नाल सुनिया जे सानू कोई गल सुनाए बादशाह फलाने दी गल फलां वजीर दी गल फलां मशीर दी गल फलां अमीर दी गल मैं सदके जावां आ जेड़ा कुरान ए ते सोने कदीर दी गल ए ते उस कादिर कदीर दी गल अफला यतदब्बरून अल कुरान फरमाया तुसी कुराने पाक ते गौर क्यों नहीं कर दे जदों कुराने पाक ते गौर करांगे रहमान दी अजमत दा पता चल जाएगा आप ही मैनू दसो जामिया मदनिया दारुल कुरान अहले हदीस इस अजीम मरकज दे अंदर आने वाले हो आप ही दसो कितनी देर तो कुराने पाक सुन रहे हो कितनी देर तो कुराने पाक पढ़ रहे हो कितनी देर तो कुराने पाक दा तर्जमा पढ़ रहे हो दिल जेड़ा है बाग बाग हो जांदा है दिल जेड़ा ठर जांदा है सीने ठंड पै जांदी है थकावट लै जांदी है आप ही दसो जिस रहमान दा कलाम इन्ना सोहना है और रहमान कितना सोहना होएगा मेरा एक बारी प्यार नाल फेरा कोहा सुभान अल्लाह उची आवाज नाल इतना प्यारा कलाम और अल्लाह ने जदों भी किसी बात ते जोर दिता है ना जदों जोर दिता है किसी बात ते ते अल्लाह करीम ने फरमाया वाह कुरान मैं तेरे तो सदके जावा मालिक ए कायनात दा ऐलान रब्बे जुलजलाल फरमांदे ने लोगो गौर करो कुरान पाक ते फरमाया मैं आसमान बनाए ने किस तरह किवें सते आसमान खलारे ने किवें सत 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 मूदी खच 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 किवें सत आसमान खलारे ने किवें जगमग कर दे तारे ने किवें सूरज दे लशकारे ने किवें किरना ने चन्न नुरान दिया वाशाना रब रहमान दिया वाशाना रब रहमान दिया और गल बड़ी सुन वाली जे वनु नज़िलु मिनल कुरान मा हुवा शिफाउं वरहमा कुराने पाक नू रब्बे कायनात ने शिफा आख्या कुराने पाक नू अल्लाह करीम ने रहमत आख्या है और दोस्तों रमजान आ रहा है बड़ी जल्दी आ रहा है मेहमान आ रहा है बढ़िया इज्जतों वाला परौना आ रहा है कारी अब्दुत्तवा भट्टी साहब मेरी जिंद जान मौलाना सरदार अली सरदार साहब गल बड़ी सुन वाली जे उलमाए किराम असी जाने आ मेहमान अज जी मौलवी मंसूर आया है अज मौलाना मंसूर दे कोल मौलवी मंसूर दे घर मौलाना सरदार अली सरदार मेहमान आया अब्दुत्तवा भट्टी साहब दे कोल मौलवी मंसूर जा रहा है फलां फलां कोल जा रहा है यार यार कोल जा रहा है सज्जन सज्जन कोल जा रहा है जमाती जमाती कोल जा रहा है दोस्त दोस्त कोल जा रहा है मोमिन मोमिन कोल जा रहा है मैं सदके जावां पहलवान पहलवान कोल जा रहा है ओ पाक पतन वाले ओ खुश हो जाओ रमजान रब दा मेहमान आ रहा है अल्लाह इन्हां सारिआं दे नसीबां च रमजान करी और कसमे मोमन जेड़े ने ना मोमन सारे राजी हो रहे ने कि रमजान आ रहा है रमजान आ रहा है रमजान आ रहा है क्या बातां ने रमजान दिया वाह रब्बा सोहणिया कितना प्यारा रमजान है मोमन बड़े खुश ने यार रोजे आ रहे ने कहिंदा माशाल्लाह ते कई ऐसे भी ने उन्होंने कही रोजे आ रहे ने
वो बड़े परेशान ने आ रहे ने, इंज ना क्या करो, राजी होया करो ते सुनो कुरान। शाहरो रमजान अल्लज़ी उन्ज़िला फीहिल कुरान हुदल लिन्नास व बय्यिनातिन मिनल हुदा वल फुरकान। रब्बे कायनात फरमांदे ने महीना रमजान दा ओ महीना है जिदे विच कुराने पाक उतारिया गया है। माहे रमजान अल्लाह के मेहमान तेरा आना मुबारक हो। रखेंगे रोजे पढ़ेंगे कुरान, रखेंगे रोजे सुनेंगे कुरान, तेरा आना मुबारक हो। तू रहम तू का खजीना है, तू बरकतों का महीना है, तू नेकियों का सफीना है, तेरा आना मुबारक हो। क्या बातें ने रमजान दिया, तेरे आने से प्यार आया, मोहब्बत आई करार आया, मोमिनों के चेहरों पे निखार आया, तेरा आना मुबारक हो। रमजान तेरी क्या बातें हैं, प्यारे दिल तेरे प्यारी रातें हैं, सोनी रहमत की बरसातें हैं, तेरा आना मुबारक हो। मेरे दोस्तों अजीजो मैं सदके जावां, रमजान दे अंदर कुरान नाजिल कीता गया, तो सुनना जरा केड़ी रात नू कुराने पाक आया। बिस्मिल्लाहिर्रहमानिर्रहीम इन्ना अनसलनाहु फी लैलतिल कद्र वमा अदराका मा लैलतुल कद्र, लैलतुल कद्र खैरुम मिन अल्फ शहर। कैसा प्यारा महीना ते कैसी प्यारी रात। मेरे दोस्तों पाक पतन वाले हो ध्यान नाल सुनो, जिस तरह सारे रमजान दे विचों कदर वाली रात आलाए, सारे जहान दे विचों मोहम्मद पाक आलाए। कुजा लंतरानी कुजा शाने असरा कुजा दस्ते अमन कुजा नूरे अदना कुजा तूरे सीना कुजा फलके आला कुजा सहरे अहमद कुजा सहरे मूसा, यहाँ चरख नीली है दरिया नहीं है, अता में सखा में नेम में करम में गुलिस्ता में सहरा में जन्नत में यम में गलीसा में आतशकदा में हरम में जमी पे फलक पे अरब में अजम में, कहाँ आपका बोलबाला नहीं है, शान वखरा आमिना देला। मैं सदके जावा मुस्तफा अलैहिस्सलाम दी जाते ग्रामी, तो लोगो कदर वाली रात दे अंदर कुराने पाक आया, और सुनो अल्लाह करीम ने कुराने पाक दे बारे ऐलान फरमाया। बिस्मिल्लाहिर्रहमानिर्रहीम अलिफ लाम मीम ज़ालिकल किताब हुदल लिल्मुत्तकीन। शुरू दे अंदर मालिक कायनात ने फरमा दिता, ए कुरान ला रहबे, ए कुरान बे ऐबे, ऐसी प्यारी किताब, ऐसी सोनी किताब। अल्लाह करीम ने एक होर जगह ते कुराने पाक दे बारे फरमाया, अल्लाह करीम फरमा दे ने लोगो ए ऐसी किताब प्यारी है। फरमाया रब्बे सुलजलाल फरमा दे ने, या अय्युहल्लज़ीना मनुत्तकुल्ला वल्तंजुर नफ्सुम्मा कद्दमत लिगदिन वत्तकुल्ला इन्नल्लाह खबीरुम बिमा तअमलून वला तकूनू
كالذين نسوا الله فأنساهم أنفسهم أولئك هم الفاسقون لا يستوي أصحاب النار وأصحاب الجنة أصحاب الجنة هم الفائزون اس تو اگے قاری صاحب لو انزلنا هذا القرآن على جبل لرأيته خاشعا متصدعا من خشية الله واہ قرآن میں تیری عظمتاں تو صدقے جاواں میں تھوڑا جا مینوں بھلیکھا لگ گیا تو میں فورن کاریاں کولوں پوچھ لیا ਇੱਕ ਮੌਲਵੀ ਸਾਹਿਬ ਨੇ ਉਹਨਾਂ ਨੂੰ ਕਾਰਾਂ ਦੇ ਬੜੇ ਨਾਮ ਆਉਂਦੇ ਨੇ ਟਰੈਕਟਰਾਂ ਦੇ ਬੜੇ ਨਾਮ ਆਉਂਦੇ ਨੇ ਮੋਟਰਸਾਈਕਲਾਂ ਦੇ ਬੜੇ ਨਾਮ ਆਉਂਦੇ ਨੇ ਚੀਜ਼ਾਂ ਦੇ ਬੜੇ ਨਾਮ ਆਉਂਦੇ ਨੇ ਪਰ ਜਦੋਂ ਕੁਰਾਨ ਦੀ ਵਾਰੀ ਆਉਂਦੀ ਹੈ ਨਾ ਤਿਲਕਾ ਆਯਾਤੁਲ ਕਿਤਾਬਿਲ ਮੁਬੀਨ ਬਲ ਮੁਬੀਨ ਬੁਲ ਮੁਬੀਨ ਬਈ ਕੁਛ ਤਾਂ ਹੋਏਗਾ ਹੀ ਨਾ ਉਹ ਕੁਰਾਨ ਪਾਕ ਪੜਿਆ ਕਰੋ ਉਹ ਕੁਰਾਨ ਨਾਲ ਪਿਆਰ ਪਾ ਲਓ ਕੁਰਾਨ ਨਾਲ ਮੁਹੱਬਤ ਪਾ ਲਓ ਖੁਦਾ ਦੀ ਕਸਮੇ ਇਸ ਕੁਰਾਨ ਨਾਲ ਸਾਡੀ ਬਹਾਰ ਏ ਇਸ ਕੁਰਾਨ ਨਾਲ ਸਾਡਾ ਸ਼ਾਨ ਏ ਇਸ ਕੁਰਾਨ ਨਾਲ ਸਾਡਾ ਮਕਾਮ ਏ ਇਸ ਕੁਰਾਨ ਦੇ ਨਾਲ ਸਾਡੀ ਇੱਜ਼ਤ ਏ ਜਿਹੜਾ ਕੁਰਾਨ ਦੇ ਨਾਲ ਜੁੜ ਜਾਂਦਾ ਹੈ ਰਹਿਮਾਨ ਇਸ ਜਹਾਨ ਵਿੱਚ ਵੀ ਚਮਕਾ ਦਿੰਦਾ ਮਾਸ਼ਰ ਦੇ ਮੈਦਾਨ ਵਿੱਚ ਵੀ ਚਮਕਾ ਦਿੰਦਾ ਹੈ ਅੱਲਾ ਇਸ ਕੁਰਾਨ ਨਾਲ ਸਾਡਾ ਪਿਆਰ ਪਾ ਦੇ ਉੱਚੀ ਆਮੀਨ ਕਹੋ ਲਓ ਜੀ ਕੁਰਾਨੇ ਪਾਕ ਦਾ ਇੱਕ ਹੋਰ ਮਕਾਮ ਤੁਹਾਨੂੰ ਸੁਣਾਵਾਂ ਇਮਾਨ ਮਜ਼ੀਦ ਤਾਜ਼ਾ ਹੋ ਜਾਏ ਸੁਣੋ ਰੱਬ ਦਾ ਕੁਰਾਨ ਅੱਲਾ ਸੁਬਹਾਨਹੁ ਵ ਤਾਲਾ ਫਰਮਾਉਂਦੇ ਨੇ ਲੋਗੋ ਐਸਾ ਪਿਆਰਾ ਕਲਾਮ ਕੁੱਲਾ ਅਨਿਜਤਮਾਤਿਲ ਇਨਸੋ ਵਲ ਜਿੰਨੋ ਅਲਾ ਅਯਾ ਤੂ ਬਿਮਿਸਲ ਹਾਜ਼ਲ ਕੁਰਾਨ ਲਾਇਆ ਤੂ ਨ ਬਿਮਿਸਲ ਹੀ ਵਲਉ ਕਾਨ ਬਾਜ਼ੋ ਹੁਮ ਲਿਬਾਜ਼ਿਨ ਜ਼ਹੀਰਾ ਮੇਰੇ ਪਿਆਰੇ ਮੁਸਤਫਾ ਐਲਾਨ ਫਰਮਾ ਦਿਓ ਅਗਰ ਜਿੰਨ ਔਰ ਇਨਸਾਨ ਇਸ ਬਾਤ ਤੇ ਜਮ੍ਹਾਂ ਹੋ ਜਾਣ ਕਿ ਕੁਰਾਨੇ ਪਾਕ ਦੀ ਮਿਸਲ ਲਿਆਉਣ ਫਰਮਾਇਆ ਕੁਰਾਨੇ ਪਾਕ ਦੀ ਮਿਸਲ ਨਹੀਂ ਲਿਆ ਸਕਦੇ ਕੁਰਾਨ ਬੇਮਿਸਲ ਏ ਇਹ ਕਲਾਮ ਬੇਮਿਸਾਲ ਏ ਕਿਉਂਕਿ ਉਹਦਾ ਕਲਾਮ ਏ ਜਿਹੜਾ ਜ਼ੁਲ ਜਲਾਲ ਤੇਰੇ ਦਰ ਪੇ ਪਰਵਾਨੇ ਉਹ ਸੁਣਿਆ ਜੇ ਉਸ ਰੱਬ ਦੇ ਨਾਲ ਇਹੋ ਜਿਹਾ ਪਿਆਰ ਤੇਰੇ ਦਰ ਪੇ ਤੋ ਆਨਾ ਮੇਰਾ ਕਾਮ ਥਾ ਮੇਰੀ ਬਿਗੜੀ ਬਣਾਨਾ ਤੇਰਾ ਕਾਮ ਹੈ ਕਹਾਂ ਇਹ ਪਿਆਰਾ ਦਰ ਔਰ ਇਹ ਮੇਰੀ ਜਬੀ ਤੇਰੇ ਫਜ਼ਲੋ ਕਰਮ ਕੀ ਤੋ ਹੱਦ ਹੀ ਨਹੀਂ ਤੇਰੇ ਫਜ਼ਲੋ ਕਰਮ ਕੀ ਤੋ ਹੱਦ ਹੀ ਨਹੀਂ ਜਿਸ ਕੋ ਦੁਨੀਆ ਮੇ ਕੋਈ ਨਾ ਆਪਣਾ ਕਹੇ ਜਿਸ ਕੋ ਦੁਨੀਆ ਮੇ ਕੋਈ ਨਾ ਆਪਣਾ ਕਹੇ ਉਸ ਕੋ ਆਪਣਾ ਬਣਾਨਾ ਤੇਰਾ ਕੰਮ ਹੈ ਮੇਰੇ ਮਾਲਕ ਸੋਹਣਿਆ ਮੈਂ ਤੇਰੀ ਜ਼ਾਤ ਤੋਂ ਸਦਕੇ ਜਾਵਾਂ ਐਸਾ ਪਿਆਰਾ ਕਲਾਮ ਮੇਰੇ ਦੋਸਤੋ ਕੁਰਾਨੇ ਪਾਕ ਦੀਆਂ ਕਿਆ ਬਾਤਾਂ ਕੁਰਾਨੇ ਪਾਕ ਦੀਆਂ ਕਿਆ ਬਾਤਾਂ ਯਾ ਅਯੂਹੰਨਾਸ ਕਦ ਜਾਅਕੁਮ ਬੁਰਹਾਨੁਮ ਮਿਰ ਰੱਬਿਕੁਮ ਵਅੰਜ਼ਲਨਾ ਇਲੈਕੁਮ ਨੂਰੰ ਮੁਬੀਨਾ ਕਾਰੀ ਸਾਹਿਬ ਬੈਠੇ ਨੇ ਕਾਰੀ ਅਬਦੇ ਤਵਾਬ ਸਾਹਿਬ ਬੈਠੇ ਨੇ ਮੇਰੇ ਭਾਈ ਜਾਨ ਮੈਨੂੰ ਪੁਰਾਣਾ ਵਕਤ ਇੱਕ ਯਾਦ ਆ ਗਿਆ ਹਜ਼ਰਤ ਯਜ਼ਦਾਨੀ ਸ਼ਹੀਦ ਰਹਿਮਤੁੱਲਾ ਅਲੈਹ ਦੇ ਨਾਲ ਹਜ਼ਰਤ ਕਾਰੀ ਸਾਹਿਬ ਅਤੇ ਮੈਂ ਦਕੋਟੇ ਗਏ ਮੇਰੇ ਦੋਸਤੋ ਕਿਆ ਸਨ ਯਜ਼ਦਾਨੀ ਸਾਹਿਬ ਦੀਆਂ ਬਹਾਦਰੀਆਂ ਕੜੀ ਬੜੀ ਜੁਰਤ ਰੱਬ ਨੇ ਯਜ਼ਦਾਨੀ ਸ਼ਹੀਦ ਨੂੰ ਅਤਾ ਫਰਮਾਈ ਔਰ ਉਹਨਾਂ ਅਕਸਰ ਇਹ ਕਹਿਣਾ ਕਰਨਾ ਹਲਵਾ ਖਾਵੇ ਹੱਕ ਛੁਪਾਵੇ
ए अग दी लगाम है हलवा खावे हक छुपावे ए अग दी लगाम है खंजर खावे हक सुनावे ए रब दा इनाम है। मेरे दोस्तों बुजुर्गों अजीज भाइयो सुनो अल्लाह दा कुरान तकलीफ आए रब दा कुरान सुनाया जाए ऐसा प्यारा कलाम है ऐसा प्यारा कलाम इन्ना फी ज़ालिका लज़िक्रा लिमन कान लहू कल्बुन औ अल्का समा। रब्बे ज़ुल जलाल फरमांदे ने तुहाडे दिल भी कुरान वल होण तुहाडे कन भी कुरान वल होण। साडे प्यारे रब रहमान जो साडे कन ते साडे दिल रहमान सोहणिया कुरान वल होणगे फिर की होएगा आसमान तो आवाज आउंदी है मैं रहमान तुहाडे वल होवांगा मैं रहमान तुहाडे वल होवांगा। ऐसी प्यारी किताब ऐसी बेमिसल ऐसी बेमिसाल ऐसी बाकमाल ऐसी लाजवाब किताब है। रब्बे जुलजलाल फरमांदे ने लोगो सुन लो असा इनू नाजिल फरमाया असी ही कुराने पाक दी हिफाजत करांगे नाजिल करन वाले भी असी हाँ हिफाजत करन वाले भी असी हाँ। फिर सुनो ना जिन्हें नाजिल कीता है वो कौन है। अलहम्दुलिल्लाह रब्बिल आलमीन। एक मेरे यार दा आर्डर ही गया शेर जरूर सुनाने ने दिया दे ला अल्लाह चीमर ओडा दी बोली ओ कहिंदा सी होर कोई ओडा दा परवाना यार होना कोई। मैं फिर आख्या मैं जरूर सुनावांगा दिया दे ला अल्लाह ची मर्जी पूत दे ला अल्लाह ची मर्जी कुछ ना दे ला अल्लाह ची मर्जी ऐसी माचे अल्लाह चे कमाल अल्लाह ते बगैर कोई न से दुख देवे जौना टाल अल्लाह ते बगैर कोई न से। आवाज नहीं आई उची कहो सुभान अल्लाह। गल बड़ी सुन वाली जे देख किदा आसमान बना ला चांद नाल रे सूरज लाला देला तारा नाल सजा तारिया नाल देला तारा नाल सजा अल्लाह ते बगैर कोई न से दुख देवे जौना टाल। मरियमा नू किदा पूत दे ला मूसा नू दरिया मत काढ़ ला उड़ दे ला फिरौन पसा। एक बारी फिर भले 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 कैसा प्यार है तुहाडा। गल सुनो मेरे दोस्तों क्या मुहब्बत दियां गल्लां क्या प्यार दियां गल्लां। साडा मालक कितना मेहरबान है साडा मालक कितना कदरदान है। कद जाकुम मिनल्लाह नूरुं व किताबुं मुबीन। माशाल्लाह माशाल्लाह वेलकम टू पाकपतन मौलाना मोहम्मद यूसुफ पसरूरी वेलकम टू पाकपतन शेरे पंजाब। माशाल्लाह पसरूरी साहब दी आमद माशाल्लाह। लो जी दुआ करो अल्लाह पसरूरी साहब नू लम्मी उम्र अता फरमाए। मेरी पुत्री आ भाई उमर फारूक साहब माशाल्लाह। मौलाना अब्दुल वहाब सिद्दीकी साहब शायरे इस्लाम। गल सुनो जनाब माशाल्लाह मुर्तजा वड़ैच साहब अहलम वसहलम मरहबा। मौलाना पसरूरी साहब अहलम वसहलम मरहबा। मैं तुहानूं पसरूरी साहब दी गल सुनावां तांदलियां वाले ना तांदलियां वाले एक ना साउंड वाला तांदलियां वाले मेरा बड़ा यार वली सन साउंड वो मैनूं कहिंदा है मेरे साउंड दियां बत्तियां अज तक किसी मौलवी ने नहीं बालियां। मैं क्या पसरूरी आया कि नहीं कहिंदा नहीं।
मैं तांदलिया वाले दिन कहा भी पसूरी साहब न बुलाओ तो उन्होंने मैं कह लिया अज बत्तियां बलडिया भी इन्हें उत्थे खिताब किया इन्हें जो कुराने पाक की आयत पढ़ी ना वैला साला का इबादी अन्नी फाइनी करीम उजीब दावत दाए इजादान फलयस्तजीबुली वलियुमिनू भी लअल्लहुम यरशुदून। पढ़ के ना पसूरी साहब जो फिर शेर पढ़िया और मेरे मिलन नु लगदा कराया नहीं मेरे मिलन नु लगदा कराया नहीं मैं कोई दूर महल बनाया नहीं। मैं बत्तियां बल गई दुआ करो अल्लाह पसूरी साहब लंबी उम्र अता फरमा। इस वास्ते मेरे दोस्तों गल सुनो मैं जेड़ी बात तुहानू सुनाना चाहना पाक पैगंबर अलैहिस्सलाम दी जात पाक दे बारे रब सोने ने फरमाया बिस्मिल्लाहिर्रहमानिर्रहीम इकरा बिस्मि रब्बिकल्लज़ी खलक खलकल इंसान मिन अलक इकरा व रब्बुकल अकरम अल्लज़ी अल्लम बिल कलम अल्लम अल इंसान मालम यालम। सुनो पढ़ो अल्लाह करीम ने सोने नु फरमाया पढ़ो हुण सुनो नबी अलैहिस्सलाम ने सानू की फरमाया इकराउल कुरान उच्ची कहो सुबहान अल्लाह। सोने नु रब ने पढ़ाया तो सोना अगो सानू पढ़ा रहे पढ़ो इकराउल कुरान आपने फरमाया कुरान पढ़िया करो फइन्नहु याती यौमल कियामा शफी अल्ले असहाबेही। मेरे पाक नबी अलैहि सलाम अरशाद फरमाते ने कुराने पाक पढ़िया करो कुराने पाक पढ़िया करो ये क्यामत वाले दिन पढ़न वालियां दे हक विच सफारशी बन जाएगा। दो गल्लां हो गईयां तीसरी गल रब्बे कायनात सानू फरमा रहे ने फकराऊ फकराऊ मात यस्सर मिनल कुरान। तीन गल्लां हो गईयां चौथी गल पाक पैगंबर इस्लाम ने फरमाया क्यामत वाले दिन रब्बे जुल जलाल हाफज़े कुरान नू फरमाणगे। क्यामत नू जमात कोई नहीं होनी और अजान भी कोई नहीं होनी और जलसे जुलसे भी को नहीं होने क्यामत वाले दिन ये नहीं होना। यूसुफ पसरूरी साहब खिताब करनगे मौलाना सरदार अली सरदार खिताब करनगे जनाब साजिदुर रहमान साहब तिलावत करनगे मौलवी मंसूर तकरीर। नहीं 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 खुदा दी कसमे पर एक गल ते राजी हो जाओ एक गल ते खुश हो जाओ उस दिन खिताब होएगा ते नबिया दे नवाब दा होएगा उस दिन मंसूर दी तकरीर नहीं सोने हजूर दी तकरीर होएगी। आको हां जरा सल्लल्लाहु अलैहि वालिहि वसल्लम मेरे पाक पैगंबर अलैहिस्सलाम सफारिश करनगे मेरे पाक पैगंबर अलैहिस्सलाम खिताब करनगे तो अल्लाह दे पाक पैगंबर अलैहिस्सलाम ने अरशाद फरमाया हाफिज़े कुरान नू रब्बे जुल जलाल फरमानगे इकरा वरता के आवाज नहीं आई फिर बोलो आ कुरान पढ़न वाला सिलसिला उस दिन भी जारी होएगा रब्बे कायनात कुराने पाक दे हाफिज़ नू फरमाणगे इकरा वरता के कुरान पढ़दा जा जन्नत दियां सीढ़ियां ते चढ़दा जा कुरान पढ़दा जा जन्नत दियां सीढ़ियां ते चढ़दा जा जिथे वन्नास दी सीन खत्म होएगी उथे तेरी मंजिल होएगी।
और मैं सदके कुराने पाक दी तिलावत अल्लाह हु अकबर मेरे मुस्तफा अलैहिस्सलाम दी जात पाक नूर रब ताला ने फरमाया बिस्मिल्लाहिर्रहमानिर्रहीम या अय्युहल मुज़म्मिल कुम लैला इल्ला कलीला निस्फहु अविल कुस मिन्हु कलीला औज़िद अलैह وَرَتِّلِ الْقُرْآنَ تَرْتِيلًا میرے مصطفیٰ علیہ السلام نو رب ذوالجلال فرما دے نے سنیو ٹھہر ٹھہر کے میرا قرآن پڑھو ٹھہر ٹھہر کے میرا قرآن پڑھو میرے دوستو کیسی پیاری کتاب ہے کیسی پیاری کتاب بے مثال کتاب اور ایسی پیاری کتاب اِنَّ هَذَا الْقُرْآنَ بسوری صاحب इन्ना हाज़ल कुरान यहदी लिल्लती हिय अक्वम व युबश्शिरुल मुमिनीन अल्लज़ीना यअमलूनस्सालिहात अल्लज़ीना यअमलूनस्सालिहात अन्न लहुम अजरन कबीरा अल्लाह पाक ने कुरान पाक के बारे दसिया सीधा राह दसण वाली किताब सीधा राह दसण वाली ते गल सुन लो बड़ा मजबूत रस्ता दसण वाली किताब जिन्ना ने कुरान सुन लिया पाक पैगंबर अलैहिस्सलाम दी जात पाक कोलों उन्हें फिर की आख्या बिस्मिल्लाहिर्रहमानिर्रहीम कुल उहिया इलैया अन्ना हुस्तमा नफरुम मिनल जिन फकालू इन्ना समेना कुरान अजबा यहदी रुश्द फामन्ना भी वलन नुश्रे कबे रब्बिना अहदा जिन्ना ने कुरान पाक सुनिया ते कहन लगे असी शिरक नहीं करना सी अल्लाह ते ईमान लै आंदा है कुरान ते ईमान लै आंदा है जे सोने ते कुरान उतरिया नबी सुल्तान ते ईमान लै आंदा है असा शिरक नहीं करना पता चलिया कुरान शिरक तो मना करदा है कुफर तो मना करदा है बेहयाई तो मना करदा है झूठ तो मना करदा है बुजदली तो मना करदा है बेगैरती तो मना करदा है बेहयाई तो मना करदा है बदध्यानती तो मना करदा है ये कुरान जेड़ा है ये हक दा सबक देंदा है सच दा सबक देंदा है मैं सदके जावां ए जन्नत दी तरफ रहनुमाई करदा है सुभान इथे भी कुराने पाक सुन लो बिस्मिल्लाहिर्रहमानिर्रहीम कुराने पाक रब्बे जुल जलाल फरमा दे ने ऐसी प्यारी किताब फरमाया रब्बे कायनात दी जात ने ए ओ किताब है जेड़ी हक दी तरफ रहनुमाई कर दी है सीधे राह दी तरफ रहनुमाई कर दी है जन्नत दे रस्ते दी तरफ रहनुमाई कर दी है ओ जन्नत केड़ी ओ जन्नत जी दे विच हमेशा जवानी बोलो हुण पसरूरी साहब आ गए ने मेरा दिल करदा मैं छड़ दिया मेरा हाल तुसी उन्ना सुनना नहीं चाहते सुनावा सुनावा पसरूरी साहब का बयान शुरू कराने बस थोड़ी जी बात सुन लो ओ जन्नत जी दे विच हमेशा जवानी जी दे विच मछली दी पहली मेहमानी ओ जन्नत जी दे विच जमुरदी जमीना जमीना ते विछिया सबज रंग कलीना ओ जन्नत जी दे विच नेमता बेशुमारा ओ जन्नत जी दे विच बहार ही बहारा ओ जन्नत जी दे विच बहार ही बहारा ओ जन्नत जी दे विच नेमता बे बहाने ए फरमाया सानू सोने मुस्तफा ने पढ़ो मिल के सारे सल्लल्लाहु अलैहि वसल्लम मौलाना सरदार अली सरदार साहब तुहानू गल सुनाओ एक तुहानू गल सुनावा ते फिर गल मुकावा अमूदी है ना जेड़ा चवल बड़ा वड्डा खुदा मौलाना अब्दुल वहाब सिद्दीकी साहब गल बड़ी सुनने वाली इन्हें एक दफा ना
बड़ी चवल मारी ते इनू अपनी खच वड्डी दे उत्ते कोई नहीं सी शर्मिंदगी, क्योंकि चवल जो होया खच बंदे नू कादी शर्मिंदगी होंदी। मगर उन्हें एक गल कर दी, कहन लगा मुसलमानों को चाहिए हमारे खिलाफ बात ना करें, वगरना हम तलवारें चलाएंगे, तलवारों से गर्दने इनकी उड़ा देंगे। उधर एक इमरान प्रतापगढ़ी उन्हें फिर गल की बड़ी कमाल, कहिंदा जो नफरत के खिलाफ उठी थी वो ललकार किसकी थी, हमारी गर्दने काटने को तलवार किसकी थी, हमारी गर्दने काटिए जरा इतना तो बता दीजिए जिसे तुम पहन कर भागे थे वो सलवार किसकी थी। चवल जिया ना हो। और सुनो, जब तक मकीये, जब तक मकाए, जब तक जमीये, जब तक जमाए, जब तक अर्जो समाजा निजाम कायम ते दैम रहेगा, गुलस्ताना च गुल ने, चमनस्ताना फुल ने, बुलबुला चक दिया ने, कलियां महक दिया ने, जिन्हें कुरान दे खिलाफ गल की थी, हदीस पाक दे खिलाफ गल की थी, खत्मे नबूवत दे खिलाफ गल की थी, भावे चीफ जस्टिस होए असी तुन देंगे, सिर मुन देंगे, खत्मे नबूवत दे झंडे लहरा देंगे, खत्मे नबूवत दे मुनकरा नू मिटा देंगे। अल्लाहु अकबर कबीर। मौलाना सरदार अली सरदार साहब परेशान नहीं होना कि मैनू कोई फड़ के ना ले जाए, एडे बंदे नू किथे उथे रखणगे। आखर आई है मेरा मतलब, मौलाना सरदार अली सरदार नू जेड़ा फड़ के ले जाएगा पुत्र उदो पता लगेगा जो नाश्ता कराओगे। जेड़ी बात तुहानू सुनाना चाहना, क्या गल्लां ने कुरान दियां, मैं सदके जावां, कैसा प्यारा कलाम, ओ रहमान किड्डा सोहना है जिदा ए कलाम है। सुनो इत्थे वी कुरान पाक, बिस्मिल्लाहिर रहमानिर रहीम, त्वाहा मा अन्ज़लना अलैकल कुरान लितश्का इल्ला तज़किरतन लिमन यख्शा तंज़ीलम मिम्मन खलकल अर्ज़ा वस्समावातिल उला अर्रहमान अलल अर्शिस्तवा लहू मा फिस समावाति वमा फिल अर्ज वमा बैनहुमा वमा तहत सरा। एक बारी फिर आखो सुभान। और कुराने पाक दी एक आयत तुहानू सुनावा, तबारक अल्लज़ी नज़्ज़ल अल-फुरकान, वा कुरान, तबारक अल्लज़ी नज़्ज़ल अल-फुरकान अला अब्दिही लियकून लिलआलमीन नज़ीरा। इत्थे फरमाया मैं अपने बंदे ते कुराने पाक उतारिया, ते दूसरी आयत मौलाना सरदार अली साहब, सुभान अल्लज़ी असरा बे अब्देही सुते रहन सिद्दीक फारूक होरी तू फलकां ते आ जा चुप करके बुराक ते चढ़ के लै लसरा अकसा नू सजा जा चुप करके तू अबद ते मैं ध्यान नाल सुनिया जे तू अबद ते मैं माबूद तेरा तू साजिद मैं मसजूद तेरा मेरे सामने अत्ताहिया तो लीला मेरे सामने अत्ताहिया तो लीला दो कु बोल सुना जा चुप करके। एक बारी फिर आखो लो जी मौलाना मेरे भाई साजे साहब वालों आर्डर आ गया है, ध्यान नाल सुनिया जरा, कसमे मलंगा दे सानू धक्के नाल आ मलंग ना बनाया करो, जेड़े मलंग ना वह सुते हैं ना मलंग, ते एक दे लत्त नू खुरक होई ते वह दूसरे की लत्त नू पिया खुरके, कहिंदा साई ये ते मेरी आ, वह फिर कहिंदा ते मेरी किथे गई है, फिर तेरी चोर लै गए होंगे, इंज ते सानू मलंग मलांदे।
ਇਹ ਨਾ ਮਨਵਾਇਆ ਕਰੋ ਤੇ ਜੇ ਮਲੰਗ ਬਣਨਾ ਜੇ ਸੁਣੋ ਬਣ ਬੰਦਿਆ ਮਲੰਗ ਮਸਤਾਨਾ ਫੜ ਮੁਰਸ਼ਦ ਕਾਮਿਲ ਜਵਾਨਾ ਆ ਤੈਨੂੰ ਮੈਂ ਵਖਾਨਾ ਹੈ ਹਸਨ ਹੁਸੈਨ ਦਾ ਨਾਨਾ ਉਹਨਾਂ ਦੀ ਕਰੇਗਾ ਜੇ ਤਾਪੇ ਅਦਾਰੀ ਮਿਲੇਗੀ ਜੰਨਤ ਦੀ ਸਰਦਾਰੀ ਭੰਗ ਪੀਤੀ ਸਾਨੇ ਨਾ ਭੰਗ ਇੱਕ ਵਿੱਚੋਂ ਖੂਹ 'ਚ ਡਿੱਗ ਪਿਆ ਖੂਹ 'ਚ ਡਿੱਗ ਪਿਆ ਤੇ ਉਹ ਖੂਹ 'ਚ ਡਿੱਗਾ ਕਹਿੰਦਾ ਸਾਈ ਮੈਂ ਖੋਰੇ ਖੂਹ 'ਚ ਅਜੇ ਵੀ ਖੋਰੇ ਉਹਨੇ ਆਖਿਆ ਖੂਹ 'ਚ ਹੀ ਅੱਲਾ ਦੀ ਕਸਮੇ ਸਹੀ ਗੱਲ ਹੈ ਖੂਹ 'ਚ ਹੀ ਖੂਹ 'ਚ ਹੀ ਹੈ ਤੂੰ ਆਂਦਾ ਹੁਣ ਫਿਰ ਕੋਈ ਹੱਲ ਕਰੋ ਉਹਨਾਂ ਤਿੰਨਾਂ ਨੇ ਆਪਣੇ ਪਟਕੇ ਜਨਾਬ ਗੰਢੇ ਗੰਢ ਕੇ ਲਓ ਜੀ ਅਸੀਂ ਹੁਣ ਤਿੰਨੇ ਫੜਨੇ ਆ ਜਨਾਬ ਇਸ ਪਟਕੇ ਨੂੰ ਤੇ ਥੱਲੇ ਲਮਕਾਨੇ ਆ ਤੂੰ ਫੜੀ ਅਸੀਂ ਤੈਨੂੰ ਬਾਹਰ ਖਿੱਚ ਲਵਾਂਗੇ ਜਿਸ ਵਕਤ ਪਟਕੇ ਗੰਢ ਕੇ ਲਮਕਾਏ ਨਾ ਫੜ ਲਿਆ ਜੀ ਇਹ ਸਾਨੂੰ ਇੰਜ ਦੇ ਮਲੰਗ ਬਣਵਾਉਂਦੇ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਸਾਨੂੰ ਇਹੋ ਜਿਹੀਆਂ ਗੱਲਾਂ ਨਾ ਮਨਵਾਇਆ ਕਰੋ ਸਾਨੂੰ ਜਿਹੜੀ ਗੱਲ ਮਨਵਾਉਣੀ ਹੈ ਉਹ ਸੁਣੋ ਨਾ ਇਹ ਸਾਨੂੰ ਗੱਲਾਂ ਸੁਣਾਇਆ ਕਰੋ ਦਿਲ ਕਰਦਾ ਸਿਫਤ ਕਰਾਂ ਉਸ ਪੀਰ ਦੀ ਜਿਸ ਦੀ ਉਂਗਲ ਯਾਰੋ ਚੰਨ ਚੀਰ ਦੀ ਐਡਾ ਨਬੀ ਸੋਹਣਾ ਸੋਹਣਾ ਤੇ ਕਮਾਲ ਜੇ ਦੁਨੀਆਂ ਦੇ ਵਿੱਚ ਜੀ ਦੀ ਨਹੀਂ ਮਿਸਾਲ ਜੇ ਚੌਦਵੀਂ ਦੇ ਚੰਨ ਭਾਵੇਂ ਲੱਖਾਂ ਹੋਣ ਖਾਂ ਇੱਕ ਪਾਸੇ ਨਬੀ ਪਾਕ ਜੇ ਖਲੋਣ ਖਾਂ ਰੋਸ਼ਨੀ ਚੰਨਾਂ ਦੀ ਹੋਵੇ ਇਕੱਠੀ ਹੋਣ ਨੂੰ ਪਹੁੰਚ ਨਹੀਂ ਹੋ ਸਕਦੀ ਨਬੀ ਦੇ ਸੋਹਣ ਨੂੰ ਉਹ ਦਰਮਿਆਨਾ ਕਦ ਹੈ ਸੀ ਨਬੀ ਪਾਕ ਦਾ ਮਜਲਸਾਂ ਚੋਂ ਉੱਚਾ ਦੂਰੋਂ ਸੀ ਸੇ ਆਪ ਦਾ ਉਹ ਸੋਹਣੀ ਸੀ ਪਹਿਚਾਣ ਨਬੀ ਸਰਦਾ ਦੀ ਦੂਰੋਂ ਸੂਰਤ ਵੇਖਿਆ ਸੀ ਚਮਕਾ ਮਾਰਦੀ ਇੱਕ ਆਵਾਜ਼ ਗੂੰਜਦੀ ਹੁੰਦੀ ਸੀ ਸੁਭਾਨ ਅੱਲਾ ਨੂਨ ਵਲ ਕਲਮ ਵਮਾ ਯਸਤੁਰੂਨ مَنْتَ بِنِعْمَتِ رَبِّكَ بِمَجْنُونَ وَإِنَّ لَكَ لَأَجْرًا غَيْرَ مَمْنُونَ وَإِنَّكَ لَعَلَى خُلُقٍ عَظِيمٍ ਕਾਰੀ ਸਾਹਿਬ ਨੂੰ ਜੰਨਤ ਉਲ ਫਿਰਦੌਸ ਅਤਾ ਮੇਰੇ ਭਾਈ ਜਾਨ ਸਾਜਦ ਉਰ ਰਹਿਮਾਨ ਪੱਟੀ ਤਬੀਅਤ ਬੜੀ ਅੱਛੀ ਗੱਲ ਬੜੀ ਸੱਚੀ ਮੁਹੱਬਤ ਬੜੀ ਪੱਕੀ ਕਾਰੀ ਅਬਦੁਲ ਤਵਾਬ ਭੱਟੀ ਸਾਹਿਬ ਬੜੀ ਮੁਹੱਬਤ ਪੱਕੀ ਅਤੇ ਸੱਚੀ ਅਤੇ ਗੱਲ ਤੁਹਾਨੂੰ ਸੁਣਾਵਾਂ ਸਾਜਦ ਸਾਹਿਬ ਦਾ ਆਰਡਰ ਆਇਆ ਪਸ਼ਤੋ ਵਿੱਚ ਇੱਕ ਸ਼ੇਰ ਹੈ ਪਠਾਨ ਨੇ ਇੱਕ ਨੇ ਪੜਿਆ ਬੜਾ ਅੱਲਾ ਦਾ ਵਲੀ ਪਠਾਨ ਇਹ ਕਿਆ ਬਾਤ ਹੈ ਤਰਜਮਾ ਸੁਣਾਵਾਂ ਤੁਹਾਨੂੰ ਤਾਂ ਪਸ਼ਤੋ ਦਾ ਪਹਿਲਾਂ ਸ਼ੇਰ ਸੁਣਾਵਾਂ ਗੁਟੇ ਚ ਗੁਲਸ਼ੇ ਗੁਲ ਬਨਾਸ਼ੇ ਗੁਟੇ ਬਿਆਨ ਕੁਰਬਾਨ ਯਾਰ ਦਾ ਸ਼ੁੰਡੋ ਕਲਾ ਚੁੱਪ ਕਲਾ ਖੰਦਸ਼ੂਰੀ ਸਾਹਿਬ ਸੁਣਨ ਵਾਲੀ ਗੱਲ ਜੇ ਕਸਮੇ ਖੁਦਾ ਕਸੂਰੀ ਸਾਹਿਬ ਧਿਆਨ ਕਰਿਆ ਜੇ ਗੁਟੇ ਚ ਗੁਲਸ਼ੇ ਗੁਲ ਬਨਾਸ਼ੇ ਗੁਟੇ ਬਿਆਨ ਕੁਰਬਾਨ ਯਾਰ ਦਾ ਸ਼ੁੰਡੋ ਕਲਾ ਚੁੱਪ ਕਲਾ ਖੰਦਸ਼ ਤਰਜਮਾ ਸੁਣਾਵਾਂ ਤਰਜਮਾ ਪਠਾਨ ਕਹਿੰਦਾ ਪਠਾਨ ਗੱਲ ਬੜੀ ਸੁਣਨ ਵਾਲੀ ਜੇ ਪਠਾਨ ਕਹਿੰਦਾ ਹੈ ਕਲੀ ਤੋਂ ਫੁੱਲ ਬਣ ਜਾਂਦਾ ਹੈ ਪਰ ਫੁੱਲ ਤੋਂ ਕਲੀ ਨਹੀਂ ਬਣਦੀ ਅਗਲੇ ਲਫ਼ਜ਼ ਇਹ ਖੂਬੀ ਅੱਲਾ ਪਾਕ ਨੇ ਪਾਕ ਪੈਗੰਬਰ ਅਲੈ ਸਲਾਮ ਨੂੰ ਹੀ ਅਤਾ ਫਰਮਾਈ ਸੀ ਸੋਹਣੇ ਚੁੱਪ ਕਰਦੇ ਸਨ ਤੇ ਕਲੀ ਬਣ ਜਾਂਦੇ ਸਨ ਬਦਰੇ ਮੁਨੀਰ ਬੋਲਦੇ ਸਨ ਤੇ ਫੁੱਲ ਬਣ ਜਾਂਦੇ ਸਨ ਫੇਰ ਆਖੋ ਸੁਭਾਨ ਗੁਟੇ ਚ ਗੁਲਸ਼ੇ ਗੁਲ ਬਨਾਸ਼ੇ ਕੁਟੇ ਬਿਆਨ ਕੁਰਬਾਨ ਯਾਰ ਦਾ ਸ਼ੁੰਡੋ ਕਲਾ ਚੁੱਪ ਕਲਾ ਖੰਦਸ਼ ਫਿਰ ਪੰਜਾਬੀ ਚ ਰੱਬ ਨੇ ਮੇਰੇ ਕੋਲ ਤਰਜਮਾ ਕਰਵਾਇਆ ਫੁੱਲ ਤੋਂ ਕਲੀ ਨਹੀਂ ਬਣਦੀ ਲੋਕੋ ਤੇ ਕਲੀਓ ਫੁੱਲ ਬਣ ਜਾਵੇ
ਇਹ ਵੀ ਖੂਬੀ ਮੌਲਾਨਾ ਸਰਦਾਰ ਅਲੀ ਸਰਦਾਰ ਨਬੀਆਂ ਦੇ ਸਰਦਾਰ ਦੇ ਹਿੱਸੇ ਆਵੇ ਠਹਿਰੇ ਦਰਿਆ ਮੇ ਤੂਫਾਨ ਉਠਾਨੇ ਅੱਜ ਆਇਆ ਹੂੰ ਸੋਏ ਹੋਏ ਸ਼ੇਰੋ ਕੋ ਜਗਾਨੇ ਅੱਜ ਆਇਆ ਹੂੰ ਪਹਿਲਾ ਜਿਸਕਾ ਨੰਬਰ ਹੈ ਵੋ ਪਿਆਰਾ ਸਿੱਦੀਕ ਹੈ ਜੰਨਤ ਕਾ ਸ਼ਹਿਜ਼ਾਦਾ ਔਰ ਜਹੰਨਮ ਸੇ ਅਤੀਕ ਹੈ ਦੂਸਰਾ ਜਿਸਕਾ ਨੰਬਰ ਹੈ ਵੋ ਉਮਰ ਜਰਾਰ ਹੈ ਦੀਨ ਕੀ ਰੌਣਕ ਇਸਲਾਮ ਕੀ ਬਹਾਰ ਹੈ ਤੀਸਰਾ ਜਿਸਕਾ ਨੰਬਰ ਹੈ ਵੋ ਪਿਆਰਾ ਉਸਮਾਨ ਹੈ ਦੋਹਰਾ ਦਾਮਾਦ ਔਰ ਕਾਰੀਏ ਕੁਰਾਨ ਹੈ ਚੌਥਾ ਜਿਸਕਾ ਨੰਬਰ ਹੈ ਵੋ ਹੈਦਰ ਕਰਾਰ ਹੈ ਦਮਾਦ ਮੁਸਤਫਾ ਔਰ ਦਲੇਰੋ ਕਾ ਸਰਦਾਰ ਹੈ ਦਿਲੋਂ ਕਾ ਸਕੂਨ ਔਰ ਸੀਨੋ ਕੀ ਤਸਕੀਨ ਹੈ ਯਹੀ ਤੋ ਪਿਆਰੇ ਖੁਲਫਾਏ ਰਾਸ਼ਿਦੀਨ ਹੈ ਉਨਕੀ ਅਜ਼ਮਤ ਤੁਮਕੋ ਮੈਂ ਸੁਨਾਨੇ ਅੱਜ ਆਇਆ ਹੂੰ ਸੋਏ ਹੋਏ ਸ਼ੇਰੋ ਕੋ ਜਗਾਨੇ ਅੱਜ ਆਇਆ ਹੂੰ ਥੈਂਕ ਯੂ ਬਹੁਤ ਸ਼ੁਕਰੀਆ।